ਆਟੋ ਦੇ ਵਿੱਚ ਆਈਆਂ ਔਰਤਾਂ ਦੇ ਵੱਲੋਂ ਇਲਾਕੇ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ। ਇੱਕ ਘਰ ਦੇ ਉੱਤੇ ਇੱਟਾਂ ਅਤੇ ਰੋੜੇ ਬਰਸਾਏ ਗਏ ਨੇ, ਜਿਸ ਦੇ ਕਾਰਨ ਘਰ ਦਾ ਵੀ ਵੱਡਾ ਨੁਕਸਾਨ ਹੋਇਆ। ਕਿਹਾ ਜਾ ਰਿਹਾ ਹੈ ਕਿ ਇਸ ਇੱਟਾਂ ਅਤੇ ਰੋੜੇ ਬਰਸਾਉਣ ਦੀ ਘਟਨਾ ਦੇ ਵਿੱਚ ਇੱਕ ਬੱਚੇ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਕੀ ਹੈ। ਆਖਿਰ ਕਿਹਾ ਜਾ ਰਿਹਾ ਕਿ ਇੱਕ ਲੜਕਾ ਅਤੇ ਇੱਕ ਲੜਕੀ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ। ਦੋਵੇਂ ਬਾਲਕ ਦੱਸੇ ਜਾ ਰਹੇ ਨੇ। ਹਾਲਾਂਕਿ ਜਦੋਂ ਵਿਆਹ ਹੁੰਦਾ ਦੋਵਾਂ ਦਾ, ਤਾਂ ਉਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਗੱਲ ਦੇ ਉੱਤੇ ਕਾਫੀ ਜ਼ਿਆਦਾ ਗੁੱਸਾ ਕੀਤਾ ਜਾਂਦਾ, ਜਿਸ ਤੋਂ ਬਾਅਦ ਲੜਕੀ ਆਪਣੇ ਮਾਪਿਆਂ ਦੇ ਕੋਲ ਚਲੀ ਜਾਂਦੀ ਹੈ। ਪਰ ਕੁਝ ਹੀ ਮਹੀਨਿਆਂ ਬਾਅਦ ਲੜਕੀ ਮੁੜ ਤੋਂ, ਕਿਹਾ ਜਾ ਰਿਹਾ ਕਿ ਲੜਕੇ ਦੇ ਕੋਲ ਆ ਜਾਂਦੀ ਹੈ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਸੀ ਅਤੇ ਔਰਤਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੋ ਲੜਕੇ ਦੀ ਭੈਣ ਹੈ ਉਸਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਹਾਲਾਂਕਿ ਇਸ ਹਮਲੇ ਦੇ ਵਿੱਚ ਜੋ ਸ਼ੀਸ਼ੇ ਸੀ ਘਰ ਦੇ ਸਾਰੇ ਤੋੜ ਦਿੱਤੇ ਗਏ ਨੇ ਅਤੇ ਹੁਣ ਜੋ ਲੜਕੇ ਦੀ ਭੈਣ ਆ ਉਸਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਤਾਂ ਦੱਸ ਦਈਏ ਕਿ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ। ਉਹ ਲੜਕਾ ਲੜਕੀ ਦੋਨੋਂ ਬਾਲਿਗ ਨੇ, ਉਹਨਾਂ ਨੇ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ। 2 ਮਹੀਨੇ ਪਹਿਲਾਂ ਵਿਆਹ ਕਰਾਇਆ ਸੀ, ਫਿਰ ਉਸ ਤੋਂ ਬਾਅਦ ਸਾਰਾ ਕੁਛ ਠੀਕ ਹੋ ਗਿਆ, ਕੁੜੀ ਆਪਦੇ ਘਰ ਚਲੀ ਗਈ, ਕੁੜੀ ਵਾਲੇ ਉਹਨੂੰ ਲੈ ਗਏ, ਮੁੰਡਾ ਸਾਡਾ ਟਿਕ ਗਿਆ। 2-3 ਮਹੀਨੇ ਬਾਅਦ ਹੁਣ ਉਹ ਕੁੜੀ ਆਪਦੇ ਆਪੇ ਮਰਜ਼ੀ ਨਾਲ ਭੱਜ ਕੇ ਘਰੋਂ ਆ ਗਈ ਅਤੇ ਉਹਨੇ DSP ਸਾਹਿਬ ਅੱਗੇ ਬਿਆਨ ਦਿੱਤੇ ਨੇ ਕਿ ਮੈਂ ਮੇਰੇ ਘਰ ਦੇ ਮੈਨੂੰ ਨਹੀਂ ਪਤਾ, ਉਹਨੇ ਬਿਆਨ ਦਿੱਤੇ ਨੇ ਵੀ ਮੈਂ ਆਪਦੇ ਘਰ ਨਹੀਂ ਜਾਣਾ ਅਤੇ ਮੈਂ ਮੁੰਡੇ ਦੇ ਨਾਲ ਹੀ ਰਹਿਣਾ, ਮੇਰਾ ਇਹਦੇ ਨਾਲ ਵਿਆਹ ਹੋਇਆ। ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹ ਕਿੱਥੇ ਨੇ ਮੁੰਡਾ ਕੁੜੀ, ਪਰ ਅੱਜ ਇਹ ਜਿਹੜੀਆਂ ਹੈਗੀਆਂ ਨੇ ਲੇਡੀਜ਼ ਬਹੁਤ ਸਾਰੀਆਂ, ਮੈਂ ਮੰਦਿਰ ਤੋਂ ਆ ਰਹੀ ਸੀ, ਮੈਂ ਹਾਲੇ ਆ ਕੇ ਅੰਦਰ ਐਂਟਰ ਹੋਈ ਹਾਂ ਅਤੇ ਇੱਕ ਆਟੋ ਰੁਕਿਆ ਅਤੇ ਬਹੁਤ ਸਾਰੀਆਂ ਲੇਡੀਜ਼ ਉਤਰ ਕੇ ਸਾਡੇ ਘਰ ਦੇ ਬਾਹਰ ਇੱਟਾਂ ਮਾਰਨ ਲੱਗ ਗਈਆਂ। ਸਾਨੂੰ ਇਨਸਾਫ ਚਾਹੀਦਾ, ਸਾਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ। ਬਸ ਕੋਈ 15 ਦੇ ਕਰੀਬ ਲੇਡੀਜ਼ ਸੀ, ਮੈਨੂੰ ਐਗਜੈਕਟ ਨਹੀਂ ਪਤਾ, ਮੈਂ ਘਰ ਦੇ ਅੰਦਰੋਂ ਜੋ ਦੇਖਿਆ ਆਟੋ ਤੋਂ ਉਤਰੀਆਂ ਨੇ ਲੇਡੀਜ਼ ਹੀ ਸੀ, ਕੋਈ ਹੋਰ ਨਹੀਂ ਮੈਨੂੰ ਦਿਸਿਆ। ਸਾਰਾ ਘਰ ਬਾਹਰ ਸ਼ੀਸ਼ੇ ਟੁੱਟੇ ਪਏ ਹੈ, ਤੁਸੀਂ ਦੇਖ ਸਕਦੇ ਹੋ, ਸਾਰਾ ਘਰ ਹੀ ਤੋੜਤਾ ਉਹਨਾਂ ਨੇ। ਹਾਂਜੀ, ਪੁਲਿਸ ਨੂੰ ਮੌਕੇ 'ਤੇ ਅਸੀਂ ਫੋਨ ਕੀਤਾ, SHO ਸਾਹਿਬ ਆਏ ਨੇ ਕਿਤੇ, ਉਹਨਾਂ ਨੇ ਸਾਰਾ ਕੁਛ ਆਪ ਵੇਖਿਆ। ਲੇਡੀਜ਼ ਬਾਹਰ ਖੜੀਆਂ ਸੀ, ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਬਾਹਰ ਉਹਨਾਂ ਨੂੰ ਫੜਿਆ ਕਿ ਨਹੀਂ, ਪਰ ਪੁਲਿਸ ਉੱਥੇ ਹੀ ਉਹ ਲੇਡੀਜ਼ ਦੇ ਕੋਲ ਹੀ ਹੈਗੀ ਸੀ। 10 ਜਨਾਨੀਆਂ ਆਈਆਂ ਸੀ ਜੀ, ਅਤੇ ਇੱਥੇ ਕਿਸੇ ਆਪਣੇ ਜੋਲੀ ਮੁੰਬਈ ਦੇ ਘਰ 'ਤੇ ਉਹਨਾਂ ਨੇ ਅਟੈਕ ਕੀਤਾ, ਸ਼ੀਸ਼ੇ ਵਗੈਰਾ ਤੋੜਿਆ। ਅਤੇ ਉਦੋਂ ਅਸੀਂ ਸਾਰੇ ਜਣੇ ਲੱਗ ਕੇ ਖੜ੍ਹੇ ਸੀਗੇ, 3-4 ਜਣੇ ਆਏ ਉਰੇ, ਦੇਖਿਆ ਉਹਨਾਂ ਨੂੰ ਅਤੇ ਰੋਕਿਆ, ਉਹ ਗੱਲਬਾਤ ਕਰਨ ਲੱਗ ਗਏ ਵੀ ਸਾਡਾ ਇਸ ਤਰ੍ਹਾਂ ਦਾ ਮਸਲਾ ਹੈ। ਅਤੇ ਮੈਂ ਉਹਨਾਂ ਨੇ ਕਿਹਾ, ਮੈਂ ਕਿਹਾ ਤੁਸੀਂ ਕੋਈ ਨਹੀਂ ਮਸਲੇ, ਆਪਾਂ ਉਹਨਾਂ ਨੂੰ ਬੁਲਾ ਲੈਂਦੇ ਹਾਂ, ਬੈਠ ਕੇ ਗੱਲ ਕਰਦੇ ਹਾਂ, ਸ਼ੀਸ਼ੇ ਤੋੜਨ ਨਾਲ ਤਾਂ ਕੁਛ ਨਹੀਂ ਹੋ ਜਾਣਾ। ਅਤੇ ਕਾਫੀ ਤਕਰੀਬਨ ਨੁਕਸਾਨ ਕੀਤਾ, ਭਾਬੀ ਜੀ ਕਦੇ ਇਕੱਲੇ ਹੈਗੇ ਸੀ, ਬੱਚੇ ਸੀ ਛੋਟੇ, ਬੱਚਤ ਹੋ ਗਈ ਹੈ, ਬਾਕੀ ਨੁਕਸਾਨ ਘਰ ਦਾ ਕਾਫੀ ਕੀਤਾ ਉਹਨਾਂ ਨੇ, ਤੋੜ ਬੰਨ ਸ਼ੀਸ਼ੇ ਸਾਰੇ ਤੋੜੇ ਆ ਜੀ ਬਾਹਰ। ਦੇਖੋ ਜੀ, ਇਸ ਤਰ੍ਹਾਂ ਤਾਂ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਕਲੋਨੀ ਦੇ ਵਿੱਚ ਆ ਕੇ ਤਾਂ ਗੁੰਡਾਗਰਦੀ ਦਾ ਕੰਮ ਹੀ ਹੋ ਗਿਆ ਜੀ ਸਾਰਾ, ਕੋਈ ਗੱਲ ਬਣੀ ਹੋਈ ਹੈ ਅਤੇ ਬੈਠ ਕੇ ਗੱਲ ਹੋ ਸਕਦੀ ਹੈ, ਪਰ ਨੁਕਸਾਨ ਕਾਫੀ ਕਰਕੇ ਗਿਆ ਜੀ। ਪੁਲਿਸ ਨੂੰ ਫੋਨ ਕੀਤਾ ਸੀਗਾ, ਪੁਲਿਸ 2-3 ਮਿੰਟ ਦੇ ਵਿੱਚ ਹੀ ਆ ਗਈ ਸੀ, ਕਾਰਵਾਈ ਕਰਦੇ ਨੇ, ਜੀਪ ਸੀ ਬਿਠਾ ਕੇ ਲੈ ਗਏ ਆ, ਕਾਰਵਾਈ ਕਰਦੇ ਪਏ ਆਪਣੀਆਂ, ਕੀ ਸੀ ਸਾਰੀਆਂ ਲੈ ਗਏ, 10 ਜਣੀਆਂ ਜੀ, ਸਾਰੀਆਂ ਅਣਪਛਾਤੀਆਂ ਨੇ, ਆਪਾਂ ਕੋਈ ਜਾਣਦਾ ਵੀ ਨਹੀਂ ਸੀ ਉਹਨਾਂ ਨੂੰ ਜੀ, ਮਾਮਲੇ ਬਾਰੇ ਨਹੀਂ ਪਤਾ ਸੀ, ਤਾਂ ਫਿਰ ਤਾਂ ਆਏ ਸੀਗੇ ਅਤੇ ਇਕੱਠੇ ਹੋਏ ਤਾਂ ਪਤਾ ਲੱਗਿਆ, ਕਹਿੰਦੇ ਅਸੀਂ 3-4 ਜਣੇ ਹੈਗੇ ਸੀ, ਰੋਕਿਆ ਬਸ। ਇਹ ਸਾਡੇ ਕੋਲ ਹੁਣ ਇੱਕ ਕੰਪਲੇਂਟ ਆਈ ਸੀ ਕਿ ਜਿਹੜੀ ਕੋਈ ਕੁੜੀ ਮੁੰਡੇ ਦਾ ਹੈਗਾ ਸੀ, ਕਿ ਰਿਲੇਸ਼ਨ ਹੈਗਾ ਸੀ, ਲੈ ਗਿਆ ਸੀ ਕੁੜੀ ਨੂੰ, ਅਤੇ ਕੁੜੀ ਦੇ ਪਰਿਵਾਰ ਵਾਲੇ ਜਿਹੜਾ ਕਿ ਮੁੰਡੇ ਦੇ ਜਿਹੜੇ ਜੀਜੇ ਦੇ ਘਰ ਜਾ ਕੇ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਦਾ ਨੁਕਸਾਨ ਕੀਤਾ, ਅਤੇ ਜਿਹੜਾ ਅਸੀਂ ਮੌਕੇ 'ਤੇ ਪਹੁੰਚ ਗਏ ਸੀ
ਅਤੇ ਜਾ ਕੇ ਜਿਹੜੀ ਸਿਚੁਏਸ਼ਨ ਨੂੰ ਜਿਹੜਾ ਹੈਂਡਲ ਕੀਤਾ। ਇਸ ਸੰਬੰਧੀ ਅਸੀਂ ਜਿਹੜਾ ਉਹਨਾਂ ਨੂੰ ਰਾਊਂਡ ਅਪ ਕੀਤਾ ਅਤੇ ਉਹ ਵੈਰੀਫਾਈ ਕਰ ਰਹੇ ਹਾਂ ਜੇ ਉਹ ਯਾਰ ਅੱਗੇ, ਬਾਕੀ ਜੋ ਬੰਦਾ ਦੇਖ ਰਹੇ ਹਾਂ ਬਾਕੀ ਤਕਰੀਬਨ ਇਹਨਾਂ 'ਚ 8-10 ਲੇਡੀਜ਼ ਹੈਗੀਆਂ ਸੀ।